ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਚਰਨ ਕਮਲ ਸਾਹਿਬ, ਮਾਛੀਵਾੜਾ ਸਾਹਿਬ। ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ। ਸੋ ਨਾਲ ਨਾਲ ਤੁਹਾਨੂੰ ਸਿੱਖ ਇੰਟਰਨੈਸ਼ਨਲ ਮਿਊਜ਼ੀਅਮ ਵੀ ਵਿਖਾਵਾਂਗੇ, ਜੋ ਕਿ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਣਿਆ ਹੋਇਆ ਹੈ। ਸੋ ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ, ਅਤੇ ਨਾਲ ਨਾਲ ਤੁਹਾਨੂੰ ਇਤਿਹਾਸ ਦੱਸਾਂਗੇ। ਅਤੇ ਪਹਿਲਾਂ ਸੁਣਦੇ ਹਾਂ। ਸਤਿਗੁਰ ਡੁੱਬਦੇ ਪੱਤਰ ਤਾਰੇ, ਜਨ ਕੀ ਪੈਜਰ ਕੀ ਕਰਤਾਰੇ, ਰਵਿਦਾਸ ਗੁਰੂ ਜੀ। ਤੁਸੀਂ ਡੁੱਬਦੇ ਪੱਤਰ ਤਾਰੇ ਜੀ, ਰਵਿਦਾਸ ਗੁਰੂ ਜੀ। ਜਨ ਕੀ ਪੈਜਰ ਕੀ ਕਰਤਾਰੇ, ਜਨ ਕੀ ਪੈਜਰ ਕੀ ਕਰਤਾਰੇ, ਸਤਿਗੁਰ ਸ਼ਬਨਾਂ ਦੇ ਕਾਜ ਸਵਾਰੇ, ਰਵਿਦਾਸ ਗੁਰੂ ਜੀ। ਤੁਸੀਂ ਡੁੱਬਦੇ ਪੱਤਰ ਤਾਰੇ ਜੀ, ਰਵਿਦਾਸ ਗੁਰੂ ਜੀ। ਬਈ ਗੁਰਾਂ ਦੇ ਮੱਥੇ ਤਿਲਕ ਨਿਸ਼ਾਨੀ, ਗੁਰਾਂ ਦੇ ਮੱਥੇ ਤਿਲਕ ਨਿਸ਼ਾਨੀ, ਬੂਟਾ ਦਾਨੀ ਤੇ ਬਰਵਾਨੀ, ਰਵਿਦਾਸ ਕਹਾਉਂਦੇ ਨੇ। ਚਾਰ ਯੁਗ ਜੰਝੂ ਕੱਢ ਕੇ ਵਿਖਾਉਂਦੇ ਨੇ, ਗੁਰਾਂ ਦੇ ਮੱਥੇ ਤਿਲਕ ਨੇ, ਚਾਰ ਯੁਗ ਜੰਝੂ ਕੱਢ ਕੇ ਵਿਖਾਉਂਦੇ ਨੇ। ਸੋ ਗੁਰਦੁਆਰਾ ਮਾਛੀਵਾੜਾ ਸਾਹਿਬ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਸਾਹਿਬ ਤੋਂ ਪੰਜ ਪਿਆਰਿਆਂ ਦੇ ਕਹਿਣ 'ਤੇ ਗੜੀ ਨੂੰ ਛੱਡ ਕੇ ਆਏ ਸਨ, ਅਤੇ ਇਸੇ ਸਥਾਨ 'ਤੇ ਉਹਨਾਂ ਨੇ ਰੁਕੇ ਸਨ। ਅਤੇ ਇੱਥੇ ਉਹ ਇਤਿਹਾਸਕ ਖੂਹ ਵੀ ਹੈ ਜਿੱਥੇ ਉਹਨਾਂ ਨੇ ਜਲ ਛਕਿਆ ਸੀ। ਉਸਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ, ਅਤੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ, ਅਤੇ ਨਾਲ ਨਾਲ ਉਸ ਇਤਿਹਾਸਕ ਖੂਹ ਦੇ ਦਰਸ਼ਨ ਵੀ ਕਰਾਵਾਂਗੇ। ਸੋ ਇਹ ਸਰੋਵਰ ਬਣਿਆ ਹੋਇਆ ਹੈ। ਸੋ ਸ਼ਾਮ ਦਾ ਵਕਤ ਹੈ ਅਤੇ ਬਹੁਤ ਹੀ ਮਨਮੋਹਣਾ ਦ੍ਰਿਸ਼। ਸੋ ਇਹ ਉਹ ਇਤਿਹਾਸਕ ਖੂਹ ਵੀ ਤੁਹਾਨੂੰ ਵਿਖਾਉਂਦੇ ਹਾਂ। ਇਹ ਉਹ ਇਤਿਹਾਸਕ ਖੂਹ ਹੈ ਜਿੱਥੇ 8 ਪੋਹ ਦੀ ਰਾਤ ਨੂੰ ਮਾਛੀਵਾੜੇ ਦੇ ਸੰਘਣੇ ਜੰਗਲਾਂ ਵਿੱਚ ਗੁਰੂ ਜੀ ਨੇ ਇੱਥੋਂ ਜਲ ਛਕਿਆ ਸੀ, ਅਤੇ ਚੜ੍ਹਦੇ ਵੱਲ 10 ਗਜ਼ ਦੀ ਦੂਰੀ 'ਤੇ ਜਣ ਥੱਲੇ ਆਰਾਮ ਕੀਤਾ ਸੀ। ਸੋ ਇਹ ਉਹ ਇਤਿਹਾਸਕ ਖੂਹ ਸਾਂਭਿਆ ਹੋਇਆ ਹੈ। ਸੋ ਨਾਲ ਨਾਲ ਵੀਡੀਓ ਵੇਖੋ, ਅਤੇ ਨਾਲ ਨਾਲ ਆਪਾਂ ਗੱਲਬਾਤ ਕਰਦੇ ਹਾਂ, ਅਤੇ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਸਿੱਖ ਇੰਟਰਨੈਸ਼ਨਲ ਮਿਊਜ਼ੀਅਮ ਵੀ ਵਿਖਾਵਾਂਗੇ, ਜਿਸ ਵਿੱਚ ਫੋਟੋਗ੍ਰਾਫੀ ਰਾਹੀਂ ਪੂਰੇ ਸਿੱਖ ਇਤਿਹਾਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ, ਗੁਰੂ ਕਾ ਲੰਗਰ, ਸੋ ਇਸੇ ਤਰੀਕੇ ਨਾਲ ਵੀਡੀਓ 'ਚ ਬਣੇ ਰਹੋ ਅਤੇ ਦਰਸ਼ਨ ਕਰੋ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ, ਅਤੇ ਗੁਰੂ ਸਾਹਿਬ ਦੇ ਉਹ ਇਤਿਹਾਸ ਨੂੰ ਯਾਦ ਕਰੋ ਜਦੋਂ ਉਹ ਜੰਗਲਾਂ ਦੇ ਵਿੱਚ ਆਰਾਮ ਕਰ ਰਹੇ ਸਨ। ਫੋਟੋ ਵੀ ਲੱਗੀ ਹੋਈ ਹੈ ਗੁਰੂ ਸਾਹਿਬ ਦੀ।
ਇਹ ਵਾਰ ਫੁੱਲ ਲੱਗੇ ਹੋਏ ਨੇ, ਕਾਫੀ ਵਧੀਆ ਲੱਗੇ ਮੈਨੂੰ, ਦਿਲ ਨੂੰ ਚੰਗੇ ਲੱਗੇ ਅਤੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਵੀਡੀਓਗ੍ਰਾਫੀ ਰਾਹੀਂ। ਸੋ ਹੁਣ ਤੁਹਾਨੂੰ ਸਿੱਖ ਇੰਟਰਨੈਸ਼ਨਲ ਮਿਊਜ਼ੀਅਮ ਵੱਲ ਲੈ ਕੇ ਜਾਂਦੇ ਹਾਂ। ਸੋ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਅਤੇ ਇਸੇ ਤਰੀਕੇ ਨਾਲ ਬਣੇ ਰਹੋ। ਤੁਹਾਨੂੰ ਸਿੱਖ ਇੰਟਰਨੈਸ਼ਨਲ ਮਿਊਜ਼ੀਅਮ ਅਜਾਇਬ ਘਰ ਵਿਖਾਉਂਦੇ ਹਾਂ। ਸਿੱਖ ਅਜਾਇਬ ਘਰ ਮਾਛੀਵਾੜਾ ਸਾਹਿਬ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰਿਆਂ ਤੱਕ ਇਤਿਹਾਸ ਅਤੇ ਜਾਣਕਾਰੀ ਪਹੁੰਚ ਸਕੇ ਅਤੇ ਘਰ ਬੈਠੇ ਹੀ ਦਰਸ਼ਨ ਕੀਤੇ ਜਾ ਸਕਣ। ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ, ਅਤੇ ਵੀਡੀਓ 'ਚ ਬਣੇ ਰਹੋ ਅਤੇ ਨਾਲ ਨਾਲ ਫੋਟੋਗ੍ਰਾਫੀ ਅਤੇ ਨਾਲ ਨਾਲ ਥੱਲੇ ਇਤਿਹਾਸ ਲਿਖਿਆ ਹੋਇਆ ਹੈ। ਧੰਨਵਾਦ, ਰੱਬ ਰੱਖਾ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।